जी मेरी मार देती हूँ बिल्कुल, मैंने तो मरी मिली, अल्लाह दा वास्ता ही माफ कर दे, अल्लाह दा वास्ता ही माफ कर दे, खुदा ही गर्क करेगा। असि तो मूतना ही नहीं पैसे, उन्होंने अक नहीं लाना पैसा ना, असि की करना, मैं इंसाफ लैके छोड़ांगी, माफी ता मिलेगी। बेगम बच्चा एक भेज दे, ओही उहदे सामने मैं करांगी। ओ यही कहंदी बोरियां भर के पैसे मिलन, तेरा इलाज बच्ची नूं बाहरले मुल्क तक ले जावांगी, तू इस हस्पताल च। अल्लाह करे मरे इंजी कश्मीर ही मरे, मैं तादी कोई ऐसी मौत इहनूं आवे कि दुनिया देख के नजारे लवे। न्यूज टुडे की वीडियोस देखने के लिए हमारा चैनल सब्सक्राइब कीजिए। तुसी जदों भेजिया जज साहब दी फैमिली ते जज साहब दी बीवी को तुसी भेजिया ते की दिल च आया कि हुण मेरी बेटी बड़ी सुखी रहेगी, चलो अच्छे घर चलेगी? यही सोचिया सी, बच्चे पढ़न वास्ते गई सी, छोटा मोटा भी कोई सब्जी कटवाती, छोटा मोटा पानी पड़ा। ये दस के लेके गए, ये दस की कहंदे सी भी छोटा मोटा जज साहब ने पानी देता, मैंने बैठी पानी देता, बस यही कर। और ताड़ी बच्ची बड़ी सुखी रहे, सुखी रहे दी। मेरे मुलाजम आंदे, सफाई वाले भी आंदे, रांडी रोटी वाले भी आंदे, उन्हें खुद दसिया, उन्होंने दसी, उन्होंने मैंने दसी, मेरी तो दी मुलाकात ही नहीं बिल्कुल हुई। पहली बार भी नहीं हुई? नहीं हुई, एक बार भी नहीं हुई? नहीं हुई। अच्छा, तानू ते जिस दिन वो बच्ची, हाँ जिस दिन बच्ची मिली उस दिन मैं वेख्या चेहरा उहदा, पहले मैं नहीं वेखी। इन्ना जुल्म क्यों किया गया है, वजह कोई सामने आई? ਉਹ ਵਜ੍ਹਾ ਇਹ ਹੀ ਬੱਚੀ ਦੱਸਦੀ ਹੈ ਵੀ ਅੰਮੀ ਪੋਚ ਹੀ ਨਹੀਂ ਸੀ ਸਾਫ ਆਈ। ਅੱਛਾ, ਤੀਸਰੀ ਮੰਜ਼ਿਲ ਤੋਂ ਲੈ ਕੇ ਐਣ ਤੱਕ ਇਹਨਾਂ ਮੰਜ਼ਿਲਾਂ ਦੀ ਰੋਜ਼ਾਨਾ ਸਫਾਈ ਮੇਰੇ ਕੋਲ ਕਰਵਾਉਂਦੀ। ਕਹਿ ਰਹੀ ਉਸੀ ਟਾਈਮ ਉਸ ਜਨਾਨੀ ਨੇ ਨਾਖੂਨ ਮੇਰੇ ਦੱਸੇ, ਇਹ ਵੀ ਪੈਰਾਂ ਦੇ ਤੇ ਹੱਥਾਂ ਦੇ ਕੱਢ ਦਿੱਤੇ, ਇੰਜ ਖਿੱਚ ਦਿੱਤੇ, ਦੁਬਾਰਾ ਨਵੇਂ ਆਏ ਸਾਰੇ। ਕਹਿ ਰਹੀ ਫਿਰ ਇੱਥੇ ਮਾਰਨ ਲੱਗ ਪਈ ਚੋਟਾਂ, ਫਿਰ ਮੇਰੇ ਜਿਸਮ ਸਾਰੇ ਟੈਚਰ ਕਰਨ ਲੱਗ ਪਈ ਹੋ ਗਏ, ਕਿ ਵੀ ਇਸ ਜਨਾਨੀ ਨਾਲ ਬਹੁਤ ਟੋਰਚਰ ਬੱਚੀ ਨੇ ਦਿੱਤਾ, ਅਤੇ ਪਿਆਸੀ ਰੱਖੀ ਤਾਂ ਘਾਹ 'ਤੇ ਪਾਉਂਦੀ ਰਹੀ ਬਾਹਰ ਬਾਹਰ ਗਰਾਊਂਡ 'ਚ, ਪੰਜ ਪੰਜ ਦਿਨ ਅੰਦਰ ਡੱਕ ਗਈ, ਆਪ ਫਿਰਦੀ ਦੀ ਕਸ਼ਮੀਰ। ਅੱਛਾ, ਅੱਲਾ ਕਰੇ ਮਰੇ ਇੰਝ ਹੀ ਕਸ਼ਮੀਰ ਹੀ ਮਰੇ, ਮੈਂ ਤਾਂ ਦੀ ਕੋਈ ਐਸੀ ਮੌਤ ਇਹਨੂੰ ਆਵੇ ਕਿ ਦੁਨੀਆ ਦੇਖ ਕੇ ਨਜ਼ਾਰੇ ਲਵੇ ਵੀ ਇਸ ਤਰ੍ਹਾਂ ਦੀ ਔਰਤ ਨੂੰ। ਕਸ਼ਮੀਰ ਚਲੀ ਗਈ ਬੱਚੀ, ਪੰਜ ਦਿਨ ਦੀ ਭੁੱਖੀ ਪਿਆਸੀ ਅੰਦਰ ਉੱਤੇ ਡੱਕ ਕੇ ਗਈ। ਅੱਲਾ ਤਾਲਾ ਜੀ ਰਿਜ਼ਵਾਨਾ ਕੋ ਸਿਹਤ ਤੰਦਰੁਸਤੀ ਅਤਾ ਫਰਮਾਏ ਔਰ ਵੋ ਅੱਛੀ ਲਾਈਫ ਮੇਂ ਦੁਬਾਰਾ ਆਏ ਜਿਸ ਤਰ੍ਹਾਂ ਇਨਕੇ ਪਾਸ ਰਹਤੀ ਥੀ। ਤੇ ਹੁਣ ਜੱਜ ਸਾਹਿਬ ਦੀ ਹਵਾਲੇ ਨਾਲ, ਉਹਨਾਂ ਦੀ ਬੇਗਮ ਦੇ ਹਵਾਲੇ ਨਾਲ ਕੀ ਗੱਲਾਂ ਬਾਤਾਂ ਨੇ ਤੁਹਾਨੂੰ, ਧਮਕੀਆਂ ਸ਼ਮਕੀਆਂ ਲਾ ਰਹੇ ਨੇ, ਕੀ ਕਰ ਰਹੇ ਨੇ, ਕੋਈ ਇੰਜ ਦੀ ਇਤਲਾਤ? ਜਿਸ ਟਾਈਮ ਅਸੀਂ ਆਏ ਉਸ ਟਾਈਮ ਧਮਕੀ ਵੀ ਆਈ, ਪੈਸਿਆਂ ਦੀ ਆਫਰ ਵੀ ਆਈ, ਕਹਿੰਦੇ ਰਹੇ ਕਿ ਬੋਰੀਆਂ ਭਰ ਕੇ ਪੈਸੇ ਆਉਂਦੀਆਂ, ਉਹ ਵੀ ਪਾਣੀ। ਉਹ ਇਹੀ ਕਹਿੰਦੀ ਬੋਰੀਆਂ ਭਰ ਕੇ ਪੈਸੇ ਮਿਲਣ, ਤੇਰਾ ਇਲਾਜ ਬੱਚੀ ਨੂੰ ਬਾਹਰਲੇ ਮੁਲਕ ਤੱਕ ਲਿਜਾਵਾਂਗੀ, ਤੂੰ ਇਸ ਹਸਪਤਾਲ ਚੁਕਾ। ਮੈਂ ਕਿਹਾ ਮੈਂ ਕੱਢਣੀ ਕੋਈ ਨਹੀਂ, ਤੁਸੀਂ ਜਾਓ, ਅੱਗੇ ਮੇਰੀ ਬੱਚੀ ਦੀ ਬਹੁਤ ਹਾਲਾਤ ਸੀ, ਮੈਂ ਨਾ ਕੋਈ ਹੋਰ ਕਹੀਆ ਨਾ ਕਰ, ਤੁਸੀਂ ਚਲੇ ਜਾਓ, ਮਿਹਰਬਾਨੀ ਤੁਹਾਡੀ। ਕੌਣ ਰਾਬਤਾ ਕਰਦਾ? ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਇੱਥੇ ਹੀ ਰਹਿਣ ਵਾਲਾ, ਰਿਸ਼ੀ ਸੀ ਇੱਧਰ ਦਾ, ਉਹਨੇ ਕਰਵਾਈ। ਫਿਰ ਉਹਨੇ ਇਹ ਵੀ ਕਿਹਾ ਜੱਜ ਸਾਹਿਬ ਨੇ ਗਲਤੀ ਹੋ ਗਈ, ਮੇਰੀ ਬੇਗਮ ਸੇ ਮਾਫੀ ਮੰਗੀ। ਮੈਂ ਕਿਹਾ ਨਹੀਂ, ਮਾਫੀ ਤਾਂ ਮਿਲੇਗੀ, ਬੇਗਮ ਬੱਚਾ ਇੱਕ ਭੇਜ ਦੇ, ਉਹੀ ਉਹਦੇ ਸਾਹਮਣੇ ਮੈਂ ਕਰਾਂਗੀ, ਉਹ ਵਾਕੇ ਦੇਖੇਗੀ ਵੀ ਇਨਸਾਫ ਫਿਰ ਮੇਰਾ ਹੋਵੇਗਾ। ਮੈਂ ਕਿਹਾ ਇਹ ਸੁਲਾ ਦੇ ਬਾਰੇ 'ਚ ਨਹੀਂ ਸੋਚਣਾ, ਅਤੇ ਨਾ ਮੈਂ ਕਰਨੀ, ਮੈਂ ਇਨਸਾਫ ਲੈਣਾ ਬੱਚੀ ਦਾ। ਕੌਣ ਕੌਣ ਤੁਹਾਡੇ ਕੋਲ ਹੋਸਪਿਟਲ ਆਇਆ ਤੁਹਾਡੀ ਬੇਟੀ ਵਾਸਤੇ? ਸਾਰੇ ਆ ਰਹੇ, ਸਾਰੇ ਆ ਰਹੇ। ਕੌਣ ਕੌਣ? ਵਜ਼ੀਰ ਆਜ਼ਮ ਨਹੀਂ ਆਏ, ਇੱਕ ਨਵਾਜ਼ ਸ਼ਰੀਫ, ਦੂਸਰੇ ਸਾਰੇ। ਅੱਛਾ, ਮਰੀਮ ਨਵਾਜ਼ ਸਾਹਿਬ, ਮਰੀਮ ਨਵਾਜ਼ ਆਈ ਹੈ, ਵਜ਼ੀਰ ਅਲਾ ਪੰਜਾਬ ਆਇਆ, ਪੰਜਾਬ ਆਇਆ ਬੈਨ, ਔਰ ਉਸ ਤੋਂ ਬਾਅਦ ਕੋਈ ਹੋਰ ਵਜ਼ੀਰ ਆਜ਼ਮ ਦੀ ਮਸ਼ੀਰ ਆਈ ਹੈ, ਸਰਕਟਰੀ ਸਰਕਟਰੀ ਵੀ ਆਈ ਹੈ, ਸੈਕਰਟਰੀ ਵੀ ਆਈ। ਹਾਂਜੀ, ਉਹ ਕੀ ਫੀਲ ਕਰ ਰਹੇ ਹੋ? ਇੱਕ ਗਰੀਬ ਦੀ ਬੱਚੀ ਸੀ ਜਿਆ ਵੀ ਹੈ, ਉਹ ਵੀ ਆਇਆ। ਠੀਕ ਹੈ, ਬਹੁਤ ਸਾਰੇ ਗਵਰਨਮੈਂਟ ਦੇ ਲੋਕ ਆਏ, ਮਰੀਮ ਨਵਾਜ਼ ਸਾਹਿਬਾ, ਵਜ਼ੀਰ ਅਲਾ ਪੰਜਾਬ ਸਾਹਿਬ, ਸਭ ਲੋਕ ਆਏ। ਅੱਜ ਕੀ ਫੀਲ ਕਰ ਰਹੇ ਹੋ? ਤੁਸੀਂ ਤੇ ਕਹਿ ਰਹੇ ਹੋ ਕਿ ਸਾਡੇ ਨਾਲ ਕੋਈ ਬੰਦਾ ਨਹੀਂ ਖੜਾ, ਕੋਈ ਸਾਨ ਅਸੀਂ ਇਹ ਖੜਾ ਇਸ ਲਈ ਨਹੀਂ ਕਹਿ ਰਹਾ, ਸਾਡਾ ਇਨਸਾਫ ਨਹੀਂ ਮਿਲਿਆ। ਉਹ ਕਹਿ ਰਹੇ ਸਾਰੇ ਲੋਕਾਂ ਨੇ ਤੁਹਾਡੀ ਆਵਾਜ਼ ਬਣੇ ਨੇ, ਮੀਡੀਆ ਵਾਲੇ, ਹਮਦ ਮੀਰ ਸਾਹਿਬ ਨੇ ਤੁਹਾਨੂੰ ਲਿੱਤਾ, ਉਸ ਤੋਂ ਬਾਅਦ ਬਾਕੀ ਮੀਡੀਆ ਵਾਲਿਆਂ ਨੇ ਸਪੋਰਟ ਕੀਤਾ। ਕੀ ਸਮਝਦੇ ਹੋ ਕਿ ਪਾਕਿਸਤਾਨ ਦੇ ਵਿੱਚ ਗਰੀਬ ਦੇ ਨਾਲ ਵੀ ਲੋਕ ਖੜੇ ਹੁੰਦੇ ਨੇ? ਇਨਸ਼ਾਅੱਲਾ, ਮੈਨੂੰ ਉਮੀਦ ਹੈ ਪਾਕਿਸਤਾਨ ਤੇ ਵੀ ਜਿਨ੍ਹਾਂ ਨਾਲ ਜ਼ੁਲਮ ਹੋਏ ਉਹਨਾਂ ਨੂੰ ਸਾਰਿਆਂ ਨੂੰ ਇਨਸਾਫ ਮਿਲੇਗਾ। ਮੇਰੀ ਬੱਚੀ ਨੂੰ ਮਿਲਿਆ, ਉਹ ਵੀ ਮੇਰੀਆਂ ਹੀ ਬੱਚੀਆਂ ਸਮਝੋ, ਉਹਨਾਂ ਨੂੰ ਵੀ ਇਨਸਾਫ ਮਿਲੇਗਾ। ਮੈਂ ਇਨਸਾਫ ਲੈ ਕੇ ਛੋੜਾਂਗੀ, ਇਹ ਤਾਰੀਰ ਬਣਾ ਦੇਣੀ, ਵਾਕੇ ਇਨਸਾਫ ਲਿਆ, ਗਰੀਬ ਜ਼ਰੂਰ ਹੈ। ਮੈਂ ਕਹਿ ਰਹੀ ਮੈਨੂੰ ਅੱਲਾਹ ਤੇ ਉਮੀਦ ਹੈ, ਅੱਲਾਹ ਤਾਲਾ ਮੇਰੀ ਬੱਚੀ ਨੂੰ 6-7 ਮਹੀਨੇ ਜ਼ਿੰਦਗੀ ਦਿੱਤੀ ਰੱਖੀ ਨਾ, ਅਤੇ ਇਨਸ਼ਾਅੱਲਾ ਉਹ ਦਏਗੀ। ਮੇਰੀ ਬੱਚੀ ਕਹਿ ਰਹੀ ਮੇਰੇ ਜ਼ਖਮਾਂ ਤੋਂ ਪਹਿਲੇ ਠੀਕ ਹੋਣ ਤਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ, ਬੱਚੀ ਨੇ ਕਿਹਾ। ਅੱਛਾ, ਤੁਸੀਂ ਵੀ ਆਏ ਚਾਹੁੰਦੇ ਹੋ? ਅਸੀਂ ਵੀ ਇਹੀ ਚਾਹੁੰਦੇ ਹਾਂ ਮੇਰੀ ਬੱਚੀ ਠੀਕ ਹੋਣ ਤੋਂ, ਪੈਰਾਂ ਚੱਲਣ ਤੋਂ ਪਹਿਲੇ ਇਨਸਾਫ ਮੇਰੀ ਬੱਚੀ ਮਿਲ, ਉਹ ਇਨਸਾਫ ਆ। ਸੁਲਾ ਦੀਆਂ ਆਫਰਾਂ ਆ ਰਹੀਆਂ ਨੇ ਵੀ ਸਾਡੇ ਨਾਲ ਸੁਲਾ ਕਰੋ, ਇਲਾਜ ਕਰਾਓ, ਅਸੀਂ ਤੁਹਾਨੂੰ ਕਿਤੇ ਹੋਰ ਐਡਮਿਟ ਕਰਵਾਉਣਾ ਪ੍ਰਾਈਵੇਟ ਆ, ਤੇ ਤੁਸੀਂ ਸੁਲਾ ਵੱਲੇ ਜਾ ਰਹੇ ਹੋ? ਨਹੀਂ, ਕਦੀ ਨਹੀਂ ਜਾਵਾਂਗੇ, ਪੈਸੇ ਲੈ ਕੇ ਚੁੱਪ ਨਹੀਂ ਕਰੋ? ਨਹੀਂ ਕਰਾਂਗੇ, ਅਸੀਂ ਤਾਂ ਉਹਨਾਂ ਦੇ ਮੂਤਣਾ ਹੀ ਨਹੀਂ ਪੈਸੇ, ਉਹਨਾਂ ਦੇ ਅੱਕ ਨਹੀਂ ਲਾਣਾ ਪੈਸਿਆਂ ਨੂੰ, ਅਸੀਂ ਕੀ ਕਰਨਾ? ਤੇ ਚਾਹੁੰਦੇ ਇਨਸਾਫ ਲੈਣਾ, ਦੱਸ ਤੋ ਰਹੀ ਅਸੀਂ ਇਨਸਾਫ ਲੈਣਾ, ਅਸੀਂ ਪੈਸਾ ਅੱਲਾ ਤਾਲਾ ਦੇਣ ਵਾਲਾ, ਰਿਜ਼ਕ ਪਾਣੀ ਥੋੜੀ ਖਾ ਲਾਂਗੇ, ਉਹ ਬਿਹਤਰ ਹੱਕ ਲਾਲ ਦੇਗਾ।
जज की बीवी कहते हैं जो तशद्दुद कर रही थी गाने गाती सी मजाक बनाती सी उसके पीछे पीछे लाके मारती सी वो कहती सी अल्लाह का वास्ता ही माफ कर दे अल्लाह का वास्ता ही माफ कर दे खुदा ही गर्क करेगा जिदे वास्ते पाती रही ना वह भी नहीं मनने उस जनाने पढ़ी लिखी कुरान पढ़ी होगी मैं तो अल्लाह की कुरान भी नहीं पढ़ी होनी बिल्कुल अनपढ़ बंदा भी नहीं इंज कर सकता कहते हैं कि जी जाई साहब ने कहा जी मेरी बीवी का ज़हनी तवाज़ुन थोड़ा जहा डिस्टर्ब है वो साइको है अच्छा की कहते हो सैको है तो फिर बीवी तो पहले बच्चे ने मार दी फिर वाकई कहने भी उन्होंने बच्चे ने भी मारिया लत्त तोड़िया बाजू तोड़े सिर फटिया हाँ जिम्मे मेरी बेटी ने मार दी अपने मियाँ नाल बदतमीजी कर दी उसके को लत्त बाहर तोड़ दी फिर पता होता वाकई मेरी भी लत्त बाहर टूटी हुई तोड़ी है जज साहब रोकते नहीं सी मना नहीं करते देखो वो साथ सी वो साथ बिल्कुल साथ या उन्होंने बेगम मान बैठ के साथ ही सी दोनों हुण तेरे घर जो और ही लड़ाई बच्चे मार रहे तेरा काम है मना करना तू रोकना जी तेरे को नहीं औरत कंट्रोल तो संत दस फोन करके भी अपनी बच्ची लै जाओ भाई असि नहीं रख सकते पहले दिन ही जिस टाइम औरत हाथ खुला उसका काम से संत दसना मुख्तार नु दस दे भी तुसी बच्ची लै जाओ भाई वो मैं नहीं रख सकता मैं नहीं फोन कर सकता मैं ना दसदा मार दे थोड़ा बहुत ही मारिया सी बच्ची सामने देने सी फिर भी उतराज नहीं सी करना फिर कार्रवाई नहीं मैं थोड़ा बहुत मार देते तुसी कुछ नहीं कुछ नहीं सी करना भी चलो सही की समझ लेंदे ठीक है शायद बच्ची की कोई गलती हो समझ के कुछ ना कुछ बच्ची ने चुप कर जो तो बच्ची मेरी मार दी बिल्कुल मैंने तो मरी ही मिली ये तो रब ने मैंने जिंदगी मेरी बच्ची ने दी शुक्र अल्लाह हम तो लीला उस हजार मेरी मैं तो गुनेगार हाँ बशकी अल्लाह बशके मेरी बच्ची की भी जान बशकी है बहुत शुक्र है की कहंदे हो पूरी कौम पाकिस्तान दे लोग बाहर दे लोग ताडे वास्ते आवाज उठाई ताडे नाल खड़े ने इन्ना प्यार दिता उन्हां लोगां नूं की कहंदे हो उन्हां दा बड़ा शुक्रिया बड़ी मेहरबानी अल्लाह ताला नूं लंबी उम्र देवे सारे रल के इंसाफ मंगी हो अज इंसाफ मिल जाएगा ना फिर कोई अब बंदा नहीं इंज करेगा अमीर होवे भावे गरीब होवे डरेगा मरियम नवाज ने की गलबात की थी ताडे वो भी कह रही इंसाफ मिलेगा इंशाल्लाह कोई गलबात होर की थी मतलब मिलन तो बाद उन्हें दुख होया फील किया अफसोस होया कह रही बहुत अफसोस होया कह रही पढ़ी लिखी फैमिली इस तरह नहीं करना चाहिए वो कह रही वजीरे आला पंजाब साहब बड़े दर्द दिल रखने वाले ने मोहसिन नकवी साहब वो भी आए उन्होंने ताड़े ना की गल उन्होंने भी कहा भी पहले तो जरूरी तेरी बच्ची है भी इन बचा फिर तू वो तो तेरा इंसाफ मिलेगा ही इंशाल्लाह बच्ची तेरी जरूरी उन्होंने कोई अकामात जारी किए कोई अपना सहूलियत अस्पताल दे विच बेहतर हुई हाँ इंशाल्लाह बड़ी बेहतर हुई सारे कहते हैं जिस टाइम तुसी आए ना सारिया बेहतरी बहुत हो गई चले जी बहुत शुक्रिया आपका नाज़रीन रिज़वाना के लिए दुआ करें अल्लाह ताला उसे जल्द से जल्द सेहतियाब करे और वो अपने माँ बाप के साथ जाए और जिस तरह लोगों ने इनको इंसाफ दिलाने के लिए इनकी आवाज़ बने उसी तरह सब कौम की बेटियों की आवाज़ बनना चाहिए और रिज़वाना को इंसाफ मिलना चाहिए इसके साथ इजाज़त दीजिए अल्लाह ने के बाद